ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਦੋਸਤੋ ਅੱਜ ਆਪਾਂ ETT ਪੇਪਰ ਸੈਕੰਡ ਦੀ ਤਿਆਰੀ ਦੇ ਲਈ ਸਵਿਕਸ ਯਾਨੀ ਕਿ ਨਾਗਰਿਕ ਸ਼ਾਸਤਰ ਦਾ ਟੌਪਿਕ ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ ਕਰਾਂਗੇ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਓ ਸ਼ੁਰੂ ਕਰਦੇ ਹਾਂ ਜੀ ਆਪਣਾ ਪਹਿਲਾ ਕੁਐਸਚਨ ਹੈ ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੇ ਬਾਨੀ ਕੌਣ ਸਨ ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੇ ਬਾਨੀ ਹਨ ਜੋ ਕੌਣ ਮੰਨੇ ਜਾਂਦੇ ਹਨ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ অপਸ਼ਨ ਬੀ ਜਵਾਹਰ ਲਾਲ ਨਹਿਰੂ ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੇ ਬਾਨੀ ਜਵਾਹਰ ਲਾਲ ਨਹਿਰੂ ਮੰਨੇ ਜਾਂਦੇ ਹਨ ਇਸ ਤਰ੍ਹਾਂ অপਸ਼ਨ ਬੀ ਬਿਲਕੁਲ கரੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਪੰਜ ਸ਼ੀਲ ਸਿਧਾਂਤ ਕਿਹੜੇ ਦੋ ਦੇਸ਼ਾਂ ਵਿਚਕਾਰ ਅਪਣਾਏ ਗਏ ਜੋ ਪੰਜ ਸਿਧਾਂਤ ਸੀਗੇ ਜਿਨ੍ਹਾਂ ਨੂੰ ਪੰਜ ਸ਼ੀਲ ਕਿਹਾ ਜਾਂਦਾ ਹੈ ਉਹ ਕਿਹੜੇ ਦੋ ਦੇਸ਼ਾਂ ਵਿਚਕਾਰ ਅਪਣਾਏ ਗਏ ਸਨ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਸੀ ਭਾਰਤ ਤੇ ਚੀਨ ਪੰਜ ਸ਼ੀਲ ਸਿਧਾਂਤ ਭਾਰਤ ਤੇ ਚੀਨ ਦੇਸ਼ਾਂ ਦੇ ਵਿਚਕਾਰ ਅਪਣਾਏ ਗਏ ਸੀ ਦੋਸਤੋ ਇੱਥੇ ਇੱਕ ਨੋਟ ਕਰਨ ਯੋਗ ਪੁਆਇੰਟ ਹੈ ਪੰਜ ਸ਼ੀਲ ਦਾ ਸਮਝੌਤਾ 29 April 1954 ਨੂੰ ਹੋਇਆ ਸੀ ਇਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨ ਲਾਈ ਇਹਨਾਂ ਦੇ ਸਾਂਝੇ ਬਿਆਨਾਂ ਦੁਆਰਾ ਤਿੱਬਤ ਦੇ ਖੇਤਰ ਸਬੰਧੀ ਸਮਝੌਤੇ ਦੇ ਆਧਾਰ ਤੇ ਇਹ ਜੋ ਪੰਜ ਸ਼ੀਲ ਸਿਧਾਂਤ ਸੀਗੇ ਇਹ ਬਣਾਏ ਗਏ ਸੀਗੇ ਇਹ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਸੀ ਜਿਸ ਦੇ ਜਿਨ੍ਹਾਂ ਦੇ ਜਿਸ ਦੇ ਆਧਾਰ ਤੇ ਪੰਜ ਸਿਧਾਂਤ ਰੱਖੇ ਗਏ ਸੀਗੇ ਆਪਣਾ ਅਗਲਾ ਪ੍ਰਸ਼ਨ ਲੈਂਦੇ ਹਾਂ ਦੋਸਤੋ ਭਾਰਤ ਦੀ ਵਿਦੇਸ਼ ਨੀਤੀ ਦਾ ਸਿਧਾਂਤ ਕਿਹੜਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਪਸ਼ਨ ਡੀ ਉਪਰੋਕਤ ਸਾਰੇ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤ ਜਿਵੇਂ ਕਿ ਗੁੱਟ ਨਿਰਲੇਪਤਾ ਪੰਜ ਸ਼ੀਲ ਵਿੱਚ ਵਿਸ਼ਵਾਸ ਸੰਯੁਕਤ ਰਾਸ਼ਟਰ ਵਿੱਚ ਵਿਸ਼ਵਾਸ ਇਸ ਤਰ੍ਹਾਂ ਇਹ ਸਾਰੇ ਹੀ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤ ਹਨ ਆਪਸ਼ਨ ਡੀ ਬਿਲਕੁਲ கரੈਕਟ ਹੈ ਆਪਣਾ ਨੈਕਸਟ ਪ੍ਰਸ਼ਨ ਹੈ ਜੀ 14 ਦਸੰਬਰ 1949 ਈਸਵੀ ਨੂੰ ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨ ਦੀ ਮਹਾਸਭਾ ਵਿੱਚ ਕਿੰਨੇ ਦੇਸ਼ਾਂ ਨੇ ਪੰਜ ਸ਼ੀਲ ਨੂੰ ਮਾਨਤਾ ਦਿੱਤੀ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਏ 82 ਦੇਸ਼ਾਂ ਨੇ 82 ਮੈਂਬਰ 14 ਦਸੰਬਰ 1949 ਈਸਵੀ ਨੂੰ ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨ ਦੀ ਮਹਾਸਭਾ ਦੇ ਵਿੱਚ ਕੁੱਲ 82 ਦੇਸ਼ਾਂ ਨੇ ਪੰਚਸ਼ੀਲ ਨੂੰ ਮਾਨਤਾ ਦਿੱਤੀ ਸੀ ਜੀ ਆਪਣਾ ਅਗਲਾ ਪ੍ਰਸ਼ਨ ਹੈ ਦੋਸਤੋ ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ਇਸ ਦਾ ਸਹੀ ਉੱਤਰ ਹੈ ਜੀ অপਸ਼ਨ A 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ ਸੀ ਜੀ ਯੂਨਾਈਟਿਡ ਨੇਸ਼ਨ ਦੀ ਐਸਟੈਬਲਿਸ਼ਮੈਂਟ ਹੈ ਜੋ ਉਹ 24 ਅਕਤੂਬਰ 1945 ਨੂੰ ਹੋਈ ਸੀ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸੰਯੁਕਤ ਰਾਸ਼ਟਰ ਸੰਗ ਦੀ ਸਥਾਪਨਾ ਸਮੇਂ ਮੌਂਢਲੇ ਮੈਂਬਰਾਂ ਯਾਨੀ ਕਿ ਦੇਸ਼ਾਂ ਦੀ ਗਿਣਤੀ ਕਿੰਨੀ ਸੀ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਿੱਚ ਕਿੰਨੇ ਮੈਂਬਰ ਸੀ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਮੌਂਢਲੇ ਜੋ ਦੇਸ਼ ਸੀਗੇ ਸੰਯੁਕਤ ਰਾਸ਼ਟਰ ਦੇ ਵਿੱਚ ਉਹ 51 ਸਨ ਸੰਯੁਕਤ ਰਾਸ਼ਟਰ ਸੰਗ ਦੀ ਸਥਾਪਨਾ ਸਮੇਂ ਮੈਂਬਰਾਂ ਜਾਂ ਦੇਸ਼ਾਂ ਦੀ ਗਿਣਤੀ ਸੀ ਜੋ 51 ਸੀ ਜੀ ਦੋਸਤੋ ਹੁਣ ਦੇ ਸਮੇਂ ਦੇ ਵਿੱਚ ਵਰਤਮਾਨ ਸਮੇਂ ਵਿੱਚ ਇਸ ਦੇ ਮੈਂਬਰਾਂ ਜਾਂ ਦੇਸ਼ਾਂ ਦੀ ਗਿਣਤੀ ਹੈ ਜੋ ਉਹ 193 ਹੈ ਇਸ ਤਰ੍ਹਾਂ ਇਹ ਨੋਟ ਕਰਨ ਯੋਗ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸਾਰਕ ਦੀ ਰਸਮੀ ਤੌਰ ਤੇ ਸਥਾਪਨਾ ਕਦੋਂ ਹੋਈ ਸੀ ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ ਸੀ 7 ਦਸੰਬਰ 1985 ਈਸਵੀ ਨੂੰ ਸਾਰਕ ਦੀ ਰਸਮੀ ਤੌਰ ਤੇ ਸਥਾਪਨਾ ਹੈ ਜੋ ਉਹ 7 ਦਸੰਬਰ 1985 ਈਸਵੀ ਨੂੰ ਹੋਈ ਸੀ ਜੀ ਦੋਸਤੋ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਸਾਰਕ ਦਾ ਹੈੱਡ ਆਫਿਸ ਹੈ ਜੋ ਉਹ ਕਾਠਮੰਡੂ ਨੇਪਾਲ ਵਿੱਚ ਹੈ ਨੈਕਸਟ ਪ੍ਰਸ਼ਨ ਲੈਂਦੇ ਹਾਂ ਦੋਸਤੋ ਪੋਖਰਨ ਵਿੱਚ ਪਰਮਾਣੂ ਬੰਬਾਂ ਦੇ ਤਜਰਬੇ ਕਰਕੇ ਭਾਰਤ ਪਰਮਾਣੂ ਸ਼ਕਤੀਆਂ ਦੇ ਪਰਿਵਾਰ ਦਾ ਮੈਂਬਰ ਕਦੋਂ ਬਣਿਆ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ B 1998 ਵਿੱਚ 1998 ਦੇ ਵਿੱਚ ਭਾਰਤ ਨੇ ਪੋਖਰਨ ਵਿੱਚ ਪ੍ਰਮਾਣੂ ਬੰਬਾਂ ਦਾ ਜੋ ਤਜਰਬਾ ਸੀ ਉਹ ਕੀਤਾ ਸੀ ਇਸ ਤਰ੍ਹਾਂ ਪ੍ਰਮਾਣੂ ਸ਼ਕਤੀਆਂ ਦੇ ਪਰਿਵਾਰ ਦਾ ਮੈਂਬਰ ਜੋ ਬਣਿਆ ਸੀ ਇਸ ਤਰ੍ਹਾਂ ਆਪਸ਼ਨ B ਹੈ ਜੋ ਬਿਲਕੁਲ கரੈਕਟ ਹੈ ਆਪਣਾ ਅਗਲਾ ਪ੍ਰਸ਼ਨ ਲੈਂਦੇ ਹਾਂ ਦੋਸਤੋ ਭਾਰਤ ਨੇ ਰਾਸ਼ਟਰ ਮੰਡਲ ਦੀ ਮੈਂਬਰਸ਼ਿਪ ਕਦੋਂ ਪ੍ਰਾਪਤ ਕੀਤੀ ਸੀ ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ B 17 ਮਈ 1945 ਨੂੰ ਭਾਰਤ ਨੇ ਰਾਸ਼ਟਰ ਮੰਡਲ ਦੀ ਮੈਂਬਰਸ਼ਿਪ ਹੈ ਜੋ ਉਹ 17 ਮਈ 1945 ਨੂੰ ਪ੍ਰਾਪਤ ਕੀਤੀ ਸੀ ਜੀ অপਸ਼ਨ ਬੀ ਬਿਲਕੁਲ கரੈਕਟ ਹੈ ਨੈਕਸਟ ਕੁਐਸਚਨ ਹੈ ਦੋਸਤੋ ਆਪਣਾ ਸਾਰਕ ਦੀ ਸਥਾਪਨਾ ਸਮੇ ਮੈਂਬਰ ਦੇਸ਼ਾਂ ਦੀ ਗਿਣਤੀ ਕਿੰਨੀ ਸੀ ਸ਼ੁਰੂ ਦੇ ਵਿੱਚ ਸਾਰਕ ਦੀ ਸਥਾਪਨਾ ਦੇ ਸਮੇ ਜੋ ਮੈਂਬਰ ਦੇਸ਼ ਸੀਗੇ ਉਹ ਉਹਨਾਂ ਦੀ ਗਿਣਤੀ ਹੈ ਜੋ ਕਿੰਨੀ ਸੀ ਜੀ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ অপਸ਼ਨ A ਸ਼ੁਰੂ ਵਿੱਚ ਸਾਰਕ ਦੀ ਸਥਾਪਨਾ ਸਮੇਂ ਮੈਂਬਰ ਦੇਸ਼ਾਂ ਦੀ ਗਿਣਤੀ ਸੀ ਜੋ 7 ਸੀ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਦੋਸਤੋ ਹੁਣ ਦੇ ਸਮੇਂ ਦੇ ਵਿੱਚ ਸਾਰਕ ਦੇ ਕੁੱਲ 8 ਮੈਂਬਰ ਹਨ ਅਫਗਾਨਿਸਤਾਨ ਬੰਗਲਾਦੇਸ਼ ਪਖਤਾਨ ਭਾਰਤ ਮਾਲਦੀਵ ਨੇਪਾਲ ਪਾਕਿਸਤਾਨ ਅਤੇ ਸ਼੍ਰੀਲੰਕਾ ਇਸ ਤਰ੍ਹਾਂ ਸਾਰਕ ਦੇ ਹੁਣ ਕੁੱਲ 8 ਮੈਂਬਰ ਹਨ ਇਹਨਾਂ ਦੇ ਵਿੱਚ ਅਫਗਾਨਿਸਤਾਨ ਹੈ ਜੋ ਉਹ ਨਿਊਲੀ ਹੁਣੇ ਹੁਣੇ ਜੋ ਕੁਝ ਕੁ ਸਾਲਾਂ ਤੋਂ ਐਡ ਹੋਇਆ ਹੈ ਨੈਕਸਟ ਪ੍ਰਸ਼ਨ ਲੈਂਦੇ ਹਾਂ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸਾਰਕ ਦਾ ਮੈਂਬਰ ਦੇਸ਼ ਨਹੀਂ ਹੈ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਪਸ਼ਨ ਸੀ ਚੀਨ ਹੈ ਜੋ ਇਹ ਸਾਰਕ ਦਾ ਮੈਂਬਰ ਨਹੀਂ ਹੈ ਇਸ ਤਰ੍ਹਾਂ ਆਪਸ਼ਨ ਸੀ ਬਿਲਕੁਲ கரੈਕਟ ਹੈ ਆਪਣਾ ਅਗਲਾ ਪ੍ਰਸ਼ਨ ਅੰਦੇ ਹਾਂ ਦੋਸਤੋ ਦੋਸਤੋ ਇੱਥੇ ਇੱਕ ਨੋਟ ਕਰਨ ਯੋਗ ਪੁਆਇੰਟ ਇਹ ਵੀ ਹੈ ਜੋ ਸਾਰਕ ਹੈ ਉਸ ਦੀ ਫੁੱਲ ਫਾਰਮ ਹੈ ਦ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਇਸ ਤਰ੍ਹਾਂ ਇਹ ਸਾਰਕ ਦੀ ਫੁੱਲ ਫਾਰਮ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨ ਦੇ ਮੁੱਖ ਅੰਗ ਕਿੰਨੇ ਹਨ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨ ਦੇ ਜੋ ਮੁੱਖ ਅੰਗ 6 ਹਨ ਜੀ ਉਹ ਕਿਹੜੇ-ਕਿਹੜੇ ਹਨ ਮਹਾਸਭਾ ਜਿਸ ਨੂੰ ਜਨਰਲ ਅਸੈਂਬਲੀ ਕਿਹਾ ਜਾਂਦਾ ਹੈ ਜੀ ਇੰਗਲਿਸ਼ ਵਿੱਚ ਸੁਰੱਖਿਆ ਪਰਿਸ਼ਦ ਸਕਿਉਰਿਟੀ ਕੌਂਸਲ आर्थिक ਅਤੇ ਸਮਾਜਿਕ ਪਰਿਸ਼ਦ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਇਸ ਤੋਂ ਬਾਅਦ ਜੀ ਅੰਤਰਰਾਸ਼ਟਰੀ ਅਦਾਲਤ ਜਿਸ ਨੂੰ ਇੰਟਰਨੈਸ਼ਨਲ ਕੋਰਟ ਕਿਹਾ ਜਾਂਦਾ ਹੈ ਟਰਸਟਸ਼ਿਪ ਪਰਿਸ਼ਦ ਅਤੇ ਸਕੱਤਰੇਤ ਇਸ ਤਰ੍ਹਾਂ 6 ਕੁੱਲ 6 ਅੰਗ ਹਨ ਜੀ ਯੂਨਾਈਟਿਡ ਨੇਸ਼ਨ ਯਾਨੀ ਕਿ ਸੰਯੁਕਤ ਰਾਸ਼ਟਰ ਦੇ ਕੁੱਲ 6 ਅੰਗ ਹਨ ਜੀ ਇਸ ਤਰ੍ਹਾਂ ਆਪਸ਼ਨ ਬੀ ਬਿਲਕੁਲ ਕਰੈਕਟ ਹੈ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸੰਯੁਕਤ ਰਾਸ਼ਟਰ ਦੀ ਸੰਸਦ ਇਸ ਦੇ ਕਿਸ ਸੰਗ ਨੂੰ ਮੰਨਿਆ ਜਾਂਦਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਡੀ ਮਹਾਸਭਾ ਯਾਨੀ ਕਿ ਜਨਰਲ ਅਸੈਂਬਲੀ ਨੂੰ ਸੰਯੁਕਤ ਰਾਸ਼ਟਰ ਦੀ ਸੰਸਦ ਹੈ ਜੋ ਮੰਨਿਆ ਜਾਂਦਾ ਹੈ ਦੋਸਤੋ ਹਰ ਦੇਸ਼ ਇਸ ਲਈ ਪੰਜ ਮੈਂਬਰ ਹੈ ਜੋ ਭੇਜ ਸਕਦਾ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਹਰ ਦੇਸ਼ ਹੈ ਜੋ ਪੰਜ ਮੈਂਬਰ ਭੇਜ ਸਕਦਾ ਹੈ ਆਪਣਾ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸੁਰੱਖਿਆ ਪਰਿਸ਼ਦ ਯਾਨੀ ਕਿ ਸਕਿਉਰਿਟੀ ਕਾਉਂਸਲ ਦੇ ਕੁੱਲ ਕਿੰਨੇ ਮੈਂਬਰ ਹਨ ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਸੁਰੱਖਿਆ ਪਰਿਸ਼ਦ ਦੇ ਜੋ ਯਾਨੀ ਕਿ ਸਕਿਉਰਿਟੀ ਕਾਉਂਸਲ ਹੈ ਉਸ ਦੇ ਕੁੱਲ 15 ਮੈਂਬਰ ਹੁੰਦੇ ਹਨ ਜੀ ਆਪਾਂ ਅਗਲਾ ਕੁਐਸਚਨ ਲੈਂਦੇ ਹਾਂ ਦੋਸਤੋ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੀ ਗਿਣਤੀ ਹੈ ਜੋ 5 ਹੈ ਦੋਸਤੋ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਸੰਯੁਕਤ ਰਾਸ਼ਟਰ ਦੀ ਜੋ ਸੁਰੱਖਿਆ ਪਰਿਸ਼ਦ ਹੈ ਸਕਿਉਰਿਟੀ ਕੌਂਸਲ ਹੈ ਉਸ ਦੇ ਕੁੱਲ 15 ਮੈਂਬਰ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਪੰਜ ਸਥਾਈ ਮੈਂਬਰ ਅਤੇ 10 ਅਸਥਾਈ ਮੈਂਬਰ ਹੁੰਦੇ ਹਨ ਜੋ ਜਿਹੜੇ ਪੰਜ ਸਥਾਈ ਮੈਂਬਰ ਹੁੰਦੇ ਹਨ ਉਹਨਾਂ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਇੰਗਲੈਂਡ ਰੂਸ ਚੀਨ ਅਤੇ ਫਰਾਂਸ ਇਸ ਦੇ ਸਥਾਈ ਮੈਂਬਰ ਨੇ ਇਹਨਾਂ ਸਥਾਈ ਮੈਂਬਰਾਂ ਨੂੰ ਵੀਟੋ ਸ਼ਕਤੀ ਕਿਹਾ ਜਾਂਦਾ ਹੈ ਜੀ ਇਸ ਤਰ੍ਹਾਂ ਇੰਪੋਰਟੈਂਟ ਪੁਆਇੰਟ ਹੈ ਨੋਟ ਕਰਨਯੋਗ ਹੈ ਅਗਲਾ ਪ੍ਰਸ਼ਨ ਲੈਂਦੇ ਹਾਂ ਦੋਸਤੋ ਅੰਤਰਰਾਸ਼ਟਰੀ ਅਦਾਲਤ ਦਾ ਮੁੱਖ ਦਫ਼ਤਰ ਕਿੱਥੇ ਹੈ ਇਸ ਦਾ ਸਹੀ ਉੱਤਰ ਹੈ ਜੀ অপਸ਼ਨ ਬੀ ਅੰਤਰਰਾਸ਼ਟਰੀ ਅਦਾਲਤ ਯਾਨੀ ਕਿ ਇੰਟਰਨੈਸ਼ਨਲ ਕੋਰਟ ਦਾ ਜੋ ਮੁੱਖ ਦਫ਼ਤਰ ਹੈ ਉਹ ਹਾਲੈਂਡ ਵਿੱਚ ਹੈ ਜੀ ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਤੇ ਪ੍ਰੈਸ ਜਰੂਰ ਕਰਨਾ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਅੰਤਰਰਾਸ਼ਟਰੀ ਅਦਾਲਤ ਵਿੱਚ ਕੁੱਲ ਕਿੰਨੇ ਜੱਜ ਹੁੰਦੇ ਹਨ ਜੋ ਅੰਤਰਰਾਸ਼ਟਰੀ ਅਦਾਲਤ ਹੈ ਉਸ ਦੇ ਕੁੱਲ ਕਿੰਨੇ ਜੱਜ ਹੁੰਦੇ ਹਨ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ ਇਸ ਦੇ ਵਿੱਚ ਕੁੱਲ 15 ਜੱਜ ਹੁੰਦੇ ਹਨ ਅੰਤਰਰਾਸ਼ਟਰੀ ਅਦਾਲਤ ਦੇ ਕੁੱਲ 15 ਜੱਜ ਹੁੰਦੇ ਹਨ ਅੰਤਰਰਾਸ਼ਟਰੀ ਅਦਾਲਤ ਦੇ ਜੱਜਾਂ ਦੀ ਚੋਣ ਹੈ ਜੋ ਉਹ ਮਹਾਸਭਾ ਅਤੇ ਸੁਰੱਖਿਆ ਪਰਿਸ਼ਦ ਦੁਆਰਾ 9 ਸਾਲਾਂ ਲਈ ਕੀਤੀ ਜਾਂਦੀ ਹੈ ਜੀ ਹਰ 3 ਸਾਲਾਂ ਪਿੱਛੋਂ ਇਸ ਦੇ 1/3 ਜੱਜ ਰਿਟਾਇਰ ਹੋ ਜਾਂਦੇ ਹਨ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਕਿੱਥੇ ਹੈ ਇਸ ਦਾ ਸਹੀ ਉੱਤਰ ਹੈ ਜੀ অপਸ਼ਨ A ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਹੈ ਜੋ ਉਹ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸਥਿਤ ਹੈ ਇਸ ਤਰ੍ਹਾਂ অপਸ਼ਨ A ਬਿਲਕੁਲ கரੈਕਟ ਹੈ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਨੋਨ ਪ੍ਰੋਲੀਫਰੇਸ਼ਨ ਟ੍ਰੀਟੀ ਯਾਨੀ ਕਿ ਐਨ ਪੀਟੀ ਸਮਝੌਤਾ ਕਦੋਂ ਹੋਇਆ ਸੀ ਇਹ ਸਹੀ ਉੱਤਰ ਹੈ ਜੀ অপਸ਼ਨ A 1 ਜੁਲਾਈ 1968 ਇਸਵੀ ਨੂੰ ਨੋਨ ਪ੍ਰੋਲੀਫਿਕੇਸ਼ਨ ਨੋਨ ਪ੍ਰੋਲੀਫਰੇਸ਼ਨ ਟ੍ਰੀਟੀ ਹੈ ਜੋ ਐਨਪੀਟੀ ਹੈ ਇਹ 1 ਜੁਲਾਈ 1968 ਇਸਵੀ ਨੂੰ ਹੋਇਆ ਸੀ ਜੀ ਦੋਸਤੋ ਇਹ ਸਮਝੌਤਾ ਸੀ ਜੋ ਉਹਨਾਂ ਦੇਸ਼ਾਂ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਪਾਬੰਦੀ ਲਗਾਉਂਦਾ ਹੈ ਜਿਨ੍ਹਾਂ ਕੋਲ ਪਰਮਾਣੂ ਸ਼ਕਤੀ ਨਹੀਂ ਹੈ ਭਾਰਤ ਨੇ ਇਸ ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਨੈਤਿਕ ਸਿਧਾਂਤਾਂ ਤੇ ਆਧਾਰਿਤ ਨਹੀਂ ਹੈ ਅਗਲਾ ਪ੍ਰਸ਼ਨ ਲੈਂਦੇ ਹਾਂ ਦੋਸਤੋ ਸੰਯੁਕਤ ਰਾਸ਼ਟਰ ਦੇ ਮहासਕੱਤਰ ਦੀ ਨਿਯੁਕਤੀ ਕੌਣ ਕਰਦਾ ਹੈ ਇਸ ਦਾ ਸਹੀ ਉੱਤਰ ਹੈ ਜੀ ਆਪਸ਼ਨ A ਮਹਾਸਭਾ ਸੰਯੁਕਤ ਰਾਸ਼ਟਰ ਦੇ ਮहासਕੱਤਰ ਦੀ ਨਿਯੁਕਤੀ ਮਹਾਸਭਾ ਦੁਆਰਾ ਕੀਤੀ ਜਾਂਦੀ ਹੈ ਦੋਸਤੋ ਜੋ ਸੰਯੁਕਤ ਰਾਸ਼ਟਰ ਦੇ ਮहासਕੱਤਰ ਯਾਨੀ ਕਿ ਚੀਫ ਸਕੱਰੇਟਰੀ ਦੀ ਨਿਯੁਕਤੀ ਹੈ ਜੋ ਸੁਰੱਖਿਆ ਪਰਿਸ਼ਦ ਦੀ ਸਿਫਾਰਸ਼ ਉੱਤੇ ਮਹਾਸਭਾ ਦੇ ਦੁਆਰਾ 5 ਸਾਲਾਂ ਲਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਇਹ ਨੋਟ ਕਰਨ ਯੋਗ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਮਨੁੱਖੀ ਅਧਿਕਾਰਾਂ ਦੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ ਕਦੋਂ ਕੀਤੀ ਸੀ ਇਸ ਦਾ ਸਹੀ ਉੱਤਰ ਹੈ ਜੀ অপਸ਼ਨ ਸੀ 10 ਦਸੰਬਰ 1948 ਈਸਵੀ ਨੂੰ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਮਨੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ ਹੈ ਜੋ ਉਹ 10 ਦਸੰਬਰ 1948 ਈਸਵੀ ਨੂੰ ਕੀਤੀ ਸੀ ਜੀ ਇਸ ਘੋਸ਼ਣਾ ਦੇ ਵਿੱਚ ਕੁੱਲ 30 ਅਨੁਸ਼ੇਦ ਸ਼ਾਮਿਲ ਹਨ ਇਸ ਤਰ੍ਹਾਂ ਇਹ ਨੋਟ ਕਰਨ ਜੋਗਾ ਦੋਸਤੋ ਦੋਸਤੋ ਜੋ ਮਨੁੱਖੀ ਅਧਿਕਾਰ ਦਿਵਸ ਹੈ ਇਸੇ ਕਾਰਨ ਕਰਕੇ 10 ਦਸੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਨਹਿਰੂ ਲਿਆਕਤ ਅਲੀ ਸਮਝੌਤਾ ਕਦੋਂ ਹੋਇਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ 1950 ਵਿੱਚ ਨਹਿਰੂ ਲਿਆਕਤ ਅਲੀ ਸਮਝੌਤਾ ਹੈ ਜੋ 1950 ਦੇ ਵਿੱਚ ਹੋਇਆ ਸੀ ਦੋਸਤੋ ਇਹੇ ਸਮਝੌਤਾ ਸੀ ਜੋ ਭਾਰਤ ਪਾਕਿਸਤਾਨ ਦੀਆਂ ਆਪਸੀ ਸਮੱਸਿਆਵਾਂ ਨੂੰ ਸੁਲਝਾਉਣ ਦੇ ਲਈ ਕੀਤਾ ਗਿਆ ਸੀ ਕਿਸ ਤਰ੍ਹਾਂ ਇਹ ਨੋਟ ਕਰਨ ਜੋਗ ਹੈ ਦੋਸਤੋ ਦੋਸਤੋ ਇਸ ਦੇ ਨਾਲ ਇਹ ਵੀਡੀਓ ਸਮਾਪਤ ਹੁੰਦੀ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਜਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ